आकसी निकली है, कदे किसी ने शाबाश नहीं दी। आप इन्हों ढिलों परिवारों को सच्ची गल है वीरे लैके लै जाओ, आप कदे नहीं किया गा। क्यों असी हरेक वारी किसी ना किसी के पोपट बन जाने हैं। ये चले गए दर्शन ढिलों वर्गे इतों आ होके, पर उन्होंने एक दो मिनट उन्होंने कर करके कि कितने जाते सीधी रात को बापू होरां नूं नाल लैके। आ जिहड़ा अठवीं का स्कूल आया हुआ बलतेज सिंह सरपंच दे नाल, बापू मेरा मैंबर सीगा उदों लैके आंदा है। ते गुरु पातशाह दी जे कृपा रही अठवीं तो अगली बार भी यह हो सकता सेवा महाराज ने मेरे तो लैनी होवे, यह सेवा मैं पूरी करूंगा। बई महाराज का एको ही हुक्म है कि पुत जिन्ना ढक के चलोंगे गुरु महाराज उन्ना ही भाग लाउंदा है, ते जिन्ना आपां खोल के चलांगे उन्ना ही उहदे विच रौला बाला निकलदा, कुछ निकलदा है नहीं गा। हुण 51,000 दा कहता उहदी मैं कह दूंगा भी कल मैं 61,000 दे दूंगा, पर जे मैं दिता ना फिर भैणां खड़ियां आ धियां खड़ियां आ, इन्हां नूं पुछ लो मैं हुण वी इन्हां दे इन्हां नूं आगे किवें मिलदा। मेरे ते कोई बलात्कार दा परचा नहीं होयागा, ते मेरे कोले हिस्टरी पई है, इतिहास पिया जिन्हां दे बलात्कार दे परचे दर्ज होए हुए आ, ते उह आके जे मैनूं दसणगे भी इह ऐं करदे आ ते इह तुहाडे हत्थ दे विच आ, तुहानूं सारा कुछ पता है। मैं वस्ती च वोटां करके हुण तो नहीं जांदा गा, मैं पहलां वी जांदा जलौरे के गंगने अर्गे नूं पुछ लो मेरियां बोरकियां, मैं दुध दे विच उत्थे लूण मिर्चा पा के उत्थे उदों दा खांदा आ। पुछ ला बैठा बब्बू तुहाडे सामणे खड़ा आ, इहदे चुल्हे ते मैं रोटियां खाधियां वी आ। मैं अज नहीं आया गा वोटां वाले, अज कहिंदे आ कि हुण आ के तुहाडे कोल आ के बहिंदे, मैं पहलां दा के बहिंदा आ। 15 तरीक नूं तीजे नंबर ते मेरा चोन निशान है, चोन निशान ट्रैक्टर है, चुप करके दब दिओ जो। एक वारी तुसीं मेरे चाचे नूं मौका दित्ता सी, ठीक आ ਉਹਦੀ ਸੇਵਾ ਉਡੀਕ ਨਹੀਂ ਕੀਤੀ, ਪਰ ਮੈਂ ਤੁਹਾਨੂੰ ਉਹਦੇ ਨਾਲ ਵਾਅਦਾ ਕਰਦਾ ਜੇ ਤੁਹਾਨੂੰ ਦੁਬਾਰਾ ਭੈਣੀ ਨਾਲ ਯਾਦ ਕਰਾਤਾ ਤਾਂ ਕਹਿ ਦਿਓ ਆਰਾਮ ਸਿੰਘ ਦੀ ਅਣਸ 'ਚ ਕੋਈ ਪੈਦਾ ਨਹੀਂ ਹੋਇਆ ਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਇਹ ਚੀਜ਼ ਦਾ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਇੱਥੇ ਜਿੰਨੇ ਜਿੰਨੇ ਕਦਮ ਚੱਲ ਕੇ ਆਏ ਹੋ ਮੈਂ ਤੁਹਾਨੂੰ ਸਿਰ ਝੁਕਦਾ ਕਰਦਾ, ਤੇ ਆਓ ਗੱਜ ਕੇ ਇੱਕ ਵਾਰੀ ਆਪਾਂ ਇਸ ਮੁਹਿੰਮ ਦਾ ਇੱਕ ਹੁਣ ਕਿਉਂਕਿ ਦਿਨ ਥੋੜੇ ਰਹਿ ਗਿਆ, ਜਿਹੜਾ ਅੱਜ ਗਾਜ਼ ਹੋਣਾ ਆ ਉਹ ਤੁਹਾਨੂੰ ਜਿਵੇਂ ਪਤਾ ਲੱਗ ਹੀ ਗਿਆ ਆ ਕਿਉਂਕਿ ਚਾਚੇ ਹੋਰਾਂ ਨੇ ਆਪਾਂ ਨੂੰ ਸਮਰਥਨ ਦਿੱਤਾ ਆ, ਮੇਰੇ ਸਿਰ ਤੇ ਹੱਥ ਰੱਖਿਆ ਹੈ, ਬਹੁਤ ਵੱਡਾ ਇਹਨਾਂ ਨੇ ਮਿਹਰ ਕੀਤੀ ਹੈ। ਆਓ ਸਾਰੇ ਜਣੇ ਗੱਜ ਕੇ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੋਂ ਸ਼ੁਰੂਆਤ ਕਰਕੇ ਜੇ ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰਦੇ ਹਨ ਮੈਂ ਜਿੱਤ ਕੇ ਆਉਣਾ, ਪਹਿਲੀ ਐਟ ਵੀ ਆਪਾਂ ਇੱਥੇ ਲਾਵਾਂਗੇ ਤੇ ਜਿੱਤ ਕੇ ਵੀ ਇੱਥੇ ਆਵਾਂਗੇ ਪਹਿਲੀ ਵਾਰੀ। ਤੁਹਾਡੇ ਘਰਾਂ 'ਚ ਜਾਈਦਾ, ਕੰਮ ਬਹੁਤ ਕਰਨ ਵਾਲੇ ਪਏ ਆ, ਹਵਾ 'ਚ ਡਾਂਗਾ ਮਾਰ ਕੇ ਤੁਹਾਨੂੰ ਮੈਂ ਲੋਲੀਪੌਪ ਦੇ ਦਿਆਂ, ਇਹ ਮੈਂ ਦੇ ਕੇ ਨਹੀਂ ਜਾਣੇ ਕਿਉਂਕਿ ਮੈਂ ਤੁਹਾਡੇ ਹੱਥਾਂ 'ਚ ਪੜੇ ਆ, ਤੁਹਾਡੇ ਦੁੱਖ ਸਾਡੀਆਂ ਤਕਲੀਫਾਂ ਇੱਕੋ ਜਿਹੀਆਂ ਹੀ ਆ। ਆਪਣੇ ਜਿਹੜੇ ਸ਼ਰੀਕੇ ਕਬੀਲੇ ਉਹ ਇੱਕ ਹੀ ਆ ਕਿਉਂਕਿ ਆਪਣਾ ਘਰ ਵੀ ਇੱਧਰ ਆ ਜਾਣਾ ਤੁਹਾਨੂੰ ਪਤਾ ਆ। ਚਾਚਾ ਜੀ ਹੋਰੀ ਬੈਠੇ ਆ, ਲਖਵਿੰਦਰ ਸਿੰਘ ਹੋਰੀ, ਇਹਨਾਂ ਨੇ ਵੀ ਪਹਿਲਾਂ ਕੰਮ ਕਾਰ ਕੀਤੇ ਆ, ਇਹਨਾਂ ਤੋਂ ਵੀ ਤਜਰਬੇ ਲੈਣੇ ਆ। ਬਾਪੂ ਜੀ ਹੋਰੀ ਬੈਠੇ ਆ, ਢਿੱਲੋਂ ਸਾਹਿਬ ਹੋਰੀ ਬੈਠੇ ਆ, ਸਾਰੇ ਬੈਠੇ ਆ। ਹੁਣ ਜੇ ਮੈਂ ਕਿਸੇ ਪਾਰਟੀ ਨੂੰ ਇੱਕ ਨੂੰ ਕਵਰ ਕਰਾਂ ਉਹ ਸ਼ੋਭਾ ਨਹੀਂ ਦਿੰਦਾ ਗਾ। ਹੁਣ ਪਾਰਟੀਆਂ ਨਹੀਂ ਇੱਥੇ, ਇੱਥੇ ਪਿੰਡ ਵੱਡਾ ਆ, ਪਿੰਡ ਵੱਡਾ ਹੁੰਦਾ ਤੇ ਜੰਜ ਕਦੇ ਵੱਡੀ ਨਹੀਂ ਹੁੰਦੀ ਗੀ। ਤੇ ਹੁਣ ਆਪਾਂ ਜਿੰਨਾ ਵੀ ਸਾਰਾ ਕੰਮ ਕਰਨਾ ਆ ਉਹ ਹਰੇਕ ਬੰਦੇ ਨੂੰ ਨਾਲ ਲੈ ਕੇ ਚੱਲਣਾ ਆ, ਤੇ ਮੇਰੀ ਇਹੀ ਸਲਾਹ ਆ ਕਿ ਆਪਾਂ ਜੇ ਅੱਗੇ ਗੁਰੂ ਪਾਤਸ਼ਾਹ ਆਪਣੇ ਤੇ ਕਿਰਪਾ ਕਰਦਾ ਆਪਾਂ ਚੰਗੇ ਕੰਮ ਕਰਾਂਗੇ। ਸਭ ਤੋਂ ਵੱਡੀ ਗੱਲ ਆ ਜਿਹੜੀ ਸਕੂਲ ਦੀ ਮੇਨ ਪ੍ਰੋਬਲਮ ਹੈ, ਇਸ ਸਕੂਲ ਚੋਂ ਮੈਂ ਪੜ੍ਹ ਕੇ ਮੈਂ ਸੱਤ ਸਮੁੰਦਰੋਂ ਪਾਰ ਗਿਆ ਆ ਇਹ ਸਕੂਲ ਚੋਂ ਪੜ੍ਹ ਕੇ, ਪਰ ਦੁੱਖ ਤਕਲੀਫ ਇਸ ਗੱਲ ਦੀ ਹੈ ਕਿ ਮੈਂ 14-15 ਸਾਲ ਮੈਂ ਬਾਹਰ ਆਇਆ ਆ, 4-5 ਸਾਲ ਉਦੋਂ ਪਹਿਲਾਂ ਛੱਡੋ ਨਹੀਂ ਕਿ 20 ਸਾਲ ਹੋ ਗਏ ਮੈਨੂੰ ਇੱਥੋਂ ਪੜ੍ਹੇ ਨੂੰ, ਪਰ ਇੱਥੇ ਹਜੇ ਵੀ 8ਵੀਂ ਤੱਕ ਹੈ। ਸਿਆਸਤਦਾਨ ਤੁਹਾਨੂੰ ਵੀ ਪਤਾ ਕਿਹੜੇ ਕਿਹੜੇ ਲੱਗੇ ਹੋਏ ਆ, ਕਿੰਨਾ ਕਿੰਨਾ ਟਾਈਮ ਉਹਨਾਂ ਨੂੰ ਮਿਲਿਆ, ਪਰ ਇਹਦੇ ਤਾਂ ਕੇ ਐਟ ਨਹੀਂ ਲੱਗੇਗੀ। ਜਿਹੜੇ ਕਮਰਿਆਂ ਦੀ ਗੱਲਾਂ ਆ, ਕੋਠੇ ਕਈਆਂ ਦੇ ਢਏ ਪਏ ਆ, ਉਹ ਸਾਰੇ ਵੇਖੇ ਆ। ਹੁਣ ਜੇ ਮੈਂ ਤੁਹਾਨੂੰ ਵਾਰੀ ਵਾਰੀ ਜਾ ਕੇ ਮੈਂ ਤੁਹਾਨੂੰ ਫਿਰ ਉਹੀ ਗੱਲਾਂ ਕਵਾਂ ਕਿ ਮੈਂ ਐਂ ਕਰਾਂਗੇ ਆਪਾਂ ਐਂ ਕਰਾਂਗੇ, ਸਿਸਟਮ ਨੂੰ ਸਿਸਟਮ ਦੇ ਹਿਸਾਬ ਨਾਲ ਲੈ ਕੇ ਚੱਲਾਂਗੇ, ਕਿੱਥੇ ਕੀ ਹੋ ਸਕਦਾ ਕਿੱਥੇ ਕੀ ਨਹੀਂ ਹੋ ਸਕਦਾ। ਦਾਰੇ ਚਾਚੇ ਨਾਲ ਗੱਲ ਹੋਈ ਸੀ, ਕੁਛ ਚੀਜ਼ਾਂ ਹੋਈਆਂ ਪਈਆਂ ਆ, ਕੁਛ ਗਰੰਟਾਂ ਆਈਆਂ ਵੀਆਂ ਆ, ਜਿਵੇਂ ਜਿਵੇਂ ਵੀ ਉਹ ਹੋਣੀਆਂ ਸਹੀ ਤਰੀਕੇ ਨਾਲ ਆਪਾਂ ਇੰਪਲੀਮੈਂਟ ਕਰਨੀਆਂ ਤੇ ਆਪਾਂ ਉਸੇ ਤਰੀਕੇ ਨਾਲ ਇੰਪਲੀਮੈਂਟ ਕਰਾਂਗੇ। ਸਭ ਤੋਂ ਵੱਡੀ ਪ੍ਰੋਬਲਮ ਇਹ ਵੀ ਆਉਂਦੀ ਹੈ ਜੇ ਕਿਸੇ ਦਾ ਕੋਈ ਖਾਤੇ ਦੇ ਵਿੱਚ ਕਿਸੇ ਭੈਣ ਦੇ ਕੋਲੇ ਮਾਤਾ ਦੇ ਕੋਈ ਪੈਸੇ ਆਉਂਦੇ ਉਹਨੂੰ ਕਢਾਉਣ ਦੇ ਲਈ ਸਾਦਕ ਜਾਣਾ ਪੈਂਦਾ, ਉਹਦਾ ਵੇਖਾਂਗੇ ਵੀ ਕਿਵੇਂ ਕੋਈ ਨਾ ਕੋਈ ਬ੍ਰਾਂਚ ਇਦਾਂ ਦੇ ਨਿੱਕੀ ਜਿਹੜੀ ਨਿੱਕੀਆਂ ਬੈਂਕਾਂ ਹੁੰਦੀਆਂ ਉਹ ਪਿੰਡ ਲਿਆਂਦੀ ਜਾਵੇ ਤਾਂ ਕਿ ਤੁਹਾਨੂੰ ਜਾਣਾ ਨਾ ਪਵੇ, ਕਿਉਂਕਿ ਤੁਹਾਡੇ ਵੀ ਆਪਦੇ ਸੌਰ ਜਿਵੇਂ ਹੁੰਦੇ ਆ ਚੀਜ਼ਾਂ ਦੇ ਵਿੱਚ। ਕਿਸੇ ਨੂੰ ਸ਼ਾਇਦ ਨਹੀਂ ਪਤਾ ਗਾ, ਨਾ ਮੈਂ
ਹੁਣ ਅੱਜ ਸਾਰੇ ਕਹੀ ਜਾਂਦੇ ਆ ਵੀ ਅਸੀਂ ਐਂ ਕੀਤਾ ਸੀ ਇਹ ਕੀਤਾ ਐਂ ਕਰਾਂਗੇ ਐਂ ਕਰਾਂਗੇ ਤੁਸੀਂ ਸਕੂਲ ਵਾਲੇ ਮਾਸਟਰਾਂ ਕੋਲੇ ਜਾ ਕੇ ਪੁੱਛ ਲਓ ਜਦੋਂ ਦਾ ਮੈਂ ਆਇਆ ਮੈਂ ਉਹਨਾਂ ਨਾਲ ਮੇਰੀ ਕਨੈਕਟਿੰਗ ਹੈਗੀ ਆ ਮੈਂ ਉਹਨਾਂ ਦੇ ਕੋਲ ਜਾਂਦਾ ਆ ਮੈਂ ਉਹਨਾਂ ਨੂੰ ਜਾ ਕੇ ਪੁੱਛਦਾ ਆ ਵੀ ਕਿਹੜੇ ਬੱਚੇ ਪੜ੍ਹ ਰਹੇ ਆ ਆਪਣੇ ਸਕੂਲ ਚੋਂ ਇੱਕ ਮਿੰਟ ਕੋਈ ਸ਼ੰਮੀ ਛੱਡ ਦੇ ਆਪਣੇ ਸਕੂਲ ਚੋਂ ਚਾਰ ਬੱਚੇ ਸਿਲੈਕਟ ਹੋਏ ਸੀਗੇ ਜ਼ਿਲ੍ਹਾ ਪੱਧਰੀ ਤੇ ਇਹ ਚੀਜ਼ ਮੇਰੇ ਵਿਰੋਧੀਆਂ ਨੂੰ ਕਿਸੇ ਨੂੰ ਨਹੀਂ ਪਤਾ ਗਾ ਗੱਲਾਂ ਅਸੀਂ ਕਰਦੇ ਹਾਂ ਕਿ ਉਹਨਾਂ ਨੂੰ ਜਾ ਕੇ ਪੁੱਛੋ ਸਕੂਲ ਦੇ ਲਈ ਦੋ ਕਮਰੇ ਐਮਪੀ ਫੰਡ ਦੇ ਵਿੱਚੋਂ ਜਦੋਂ ਪਾਸ ਹੋਏ ਆ ਉਹਦੀ ਪਹਿਲੀ ਪੇਸ਼ਕਸ਼ ਆ ਕੇ ਮੈਨੂੰ ਪੁੱਛਿਆ ਉਹਨਾਂ ਨੇ ਵੀ ਤੁਹਾਡੇ ਦੋ ਕਮਰੇ ਆ ਰਹੇ ਕੀ ਕਰਨਾ ਆ ਵੀ ਐਮਪੀ ਫੰਡ ਆ ਰਿਹਾ ਤੁਸੀਂ ਦੱਸੋ ਕਿੱਥੇ ਲਾਉਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਨੂੰ ਕਿਹਾ ਜਿਹੜੀ ਪਹਿਲੀ ਗ੍ਰਾਂਟ ਆਉਣੀ ਚਾਹੀਦੀ ਉਹ ਸਕੂਲ 'ਚ ਲੈ ਕੇ ਆਈਏ ਕਿਉਂਕਿ ਜਿਹੜੀ ਸਕੂਲ ਦੀ ਬਿਲਡਿੰਗ ਸਟਰਕਚਰ ਆ ਉਹ ਇਦਾਂ ਬਣਾਇਆ ਪਿਆ ਜਿਵੇਂ ਘੋੜਾ ਹੁੰਦਾ ਉਹ ਬਿਲਡਿੰਗ ਹੀ ਸਟਰਕਚਰ ਜਿਹੜਾ ਆਪਾਂ ਉਹ ਸਹੀ ਕਰਨਾ ਪਹਿਲਾਂ ਤਾਂ ਜਿਹੜਾ 8ਵੀਂ 10ਵੀਂ ਸਕੂਲ ਤੋਂ 8ਵੀਂ ਤੋਂ 10ਵੀਂ 12ਵੀਂ ਤੱਕ ਹੈ ਉਹ ਤਾਂ ਇਹ ਪ੍ਰਕਿਰਿਆ ਵੱਧਦੀ ਹੈ ਪਹਿਲਾਂ ਸਾਨੂੰ ਸਕੂਲ ਹੀ ਸੈੱਟ ਕਰਨ ਵਾਲਾ ਪਿਆ ਬਿਲਡਿੰਗ ਸਾਡੀ ਸੈੱਟ ਕਰਨ ਵਾਲੀ ਪਈ ਹੈ ਸੋ ਕੰਮ ਬੜੇ ਕਰਨ ਵਾਲੇ ਪਏ ਆ ਤੁਹਾਨੂੰ ਮੈਂ ਆ ਕੇ ਝੂਠ ਨਹੀਂ ਮਾਰਨਾ ਚਾਹੁੰਦਾ ਵੀ ਮੈਂ ਐਂ ਕਰੂੰਗਾ ਨੰਬਰ 1 ਤੇ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਆ ਭੈਣਾਂ ਖੜੀਆਂ ਆ ਧੀਆਂ ਖੜੀਆਂ ਆ ਇਹਨਾਂ ਨੂੰ ਪੁੱਛ ਲਓ ਮੈਂ ਹੁਣ ਵੀ ਇਹਨਾਂ ਦੇ ਇਹਨਾਂ ਨੂੰ ਆ ਕੇ ਕਿਵੇਂ ਮਿਲਦਾ ਮੇਰੇ ਤੇ ਕੋਈ ਬਲਾਤਕਾਰ ਦਾ ਪਰਚਾ ਨਹੀਂ ਹੋਇਆਗਾ ਤੇ ਮੇਰੇ ਕੋਲੇ ਹਿਸਟਰੀ ਪਈ ਆ ਇਤਿਹਾਸ ਪਿਆ ਜਿਨ੍ਹਾਂ ਦੇ ਬਲਾਤਕਾਰ ਦੇ ਪਰਚੇ ਦਰਜ ਹੋਏ ਹੋਏ ਆ ਤੇ ਉਹ ਆ ਕੇ ਜੇ ਮੈਨੂੰ ਦੱਸਣਗੇ ਵੀ ਇਹ ਐਂ ਕਰਦੇ ਆ ਤੇ ਇਹ ਤੁਹਾਡੇ ਹੱਥ ਦੇ ਵਿੱਚ ਆ ਤੁਹਾਨੂੰ ਸਾਰਾ ਕੁਝ ਪਤਾ ਆ ਬਾਰ ਬਾਰ ਉਹੀ ਗੱਲਾਂ ਦੇ ਉੱਤੇ ਆਪਾਂ ਨਿਕਤਾ ਚੁੰਨੀ ਕਰੀ ਜਾਈਏ ਫਿਰ ਉਹੀ ਚੀਜ਼ਾਂ ਵਿੱਚ ਅਸੀਂ ਆ ਕੇ ਸ਼ਗਨ ਸਕੀਮ ਦੀ ਕੱਲ ਇਹਨਾਂ ਨੇ ਚਾਰ ਪੰਜ ਮੁੰਡਿਆਂ ਨੇ ਬਾਹਰੋਂ ਬਣਾ ਕੇ ਇਹ ਗੱਲ ਕਹਿਤੀ ਅਸੀਂ 51,000 ਦੇਵਾਂਗੇ ਅਸੀਂ ਇਹ ਦੇਵਾਂਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਬਾਹਰ ਸੀਗਾ ਪਿੰਡੋਂ ਮੁੰਡਾ ਗੋਗੜੇ ਪ੍ਰਧਾਨ ਕੋਲੇ ਗਿਆ ਉਹਨੂੰ ਜਾ ਕੇ ਕਹਿੰਦਾ ਵੀ ਮੇਰਾ ਪਿਓ ਬਿਮਾਰ ਹੈ ਤੇ ਮੇਰੇ ਲਈ ਪੈਸੇ ਇਕੱਠੇ ਕਰ ਦਿਓ ਉਹਨੂੰ ਮੇਰਾ ਫੋਨ ਆਇਆ ਹੋਇਆ ਸੀ ਕੁਦਰਤੀ ਬਾਹਰੋਂ ਉਹਨੇ ਮੈਨੂੰ ਗੱਲ ਦੱਸੀ ਮੈਂ ਕਿਹਾ ਪਿੰਡ 'ਚ 100-150 ਨਹੀਂ ਇਕੱਠਾ ਹੋਊਗਾ ਉਹਦਾ ਖਰਚਾ ਮੈਂ ਭੇਜੂਗਾ ਬਸ ਮੇਰਾ ਫਰਕ ਇਹ ਹੈ ਕਿ ਮੈਂ ਮਾਲ ਨਹੀਂ ਦਵਾਉਂਦਾ ਬਾਈ ਸੱਚੀ ਗੱਲ ਹੈ ਇਹ ਹਰੇਕ ਕ੍ਰਿਕਟ ਟੂਰਨਾਮੈਂਟ ਤੇ ਗੋਗੜਾ ਬੈਠਾ ਉਹਨੂੰ ਜਾ ਕੇ ਕਹੋ ਸੌਂ ਦੇ ਦੇਵੇ ਹਰੇਕ ਕ੍ਰਿਕਟ ਟੂਰਨਾਮੈਂਟ ਤੇ ਮੇਰਾ 15-20,000 ਰੁਪਇਆ ਮੇਰਾ ਫੰਡ ਆਉਂਦਾ ਰਿਹਾ ਪਰ ਮੈਂ ਕਦੇ ਆਵਾਜ਼ ਨਹੀਂ ਦਵਾਈਗੀ ਇਹ ਸੱਚੀ ਗੱਲ ਹੈ ਕਿਉਂਕਿ ਗੁਰੂ ਮਹਾਰਾਜ ਦਾ ਇੱਕੋ ਹੀ ਹੁਕਮ ਹੈ ਕਿ ਪੁੱਤ ਜਿੰਨਾ ਢੱਕ ਕੇ ਚੱਲੋਗੇ ਗੁਰੂ ਮਹਾਰਾਜ ਓਨਾ ਹੀ ਭਾਗ ਲਾਉਂਦਾ ਤੇ ਜਿੰਨਾ ਆਪਾਂ ਖੋਲ ਕੇ ਚੱਲਾਂਗੇ ਓਨਾ ਹੀ ਉਹਦੇ ਵਿੱਚ ਰੌਲਾ ਬਾਲਾ ਨਿਕਲਦਾ ਕੁਛ ਨਿਕਲਦਾ ਹੈ ਨਹੀਂਗਾ ਹੁਣ 51,000 ਦਾ ਕਹਿਤਾ ਉਹਦੀ ਮੈਂ ਕਹਿ ਦੂੰਗਾ ਵੀ ਕੱਲ ਨੂੰ ਮੈਂ 61,000 ਦੇ ਦੂੰਗਾ ਪਰ ਜੇ ਮੈਂ ਦਿੱਤਾ ਨਾ ਫਿਰ ਮੈਂ ਇਹਨਾਂ ਦੀਆਂ ਬਾਦੂਆਂ ਵੱਲ ਖਰੀਦੂੰਗਾ ਸ਼ਗਨ ਸਕੀਮ ਹੈ ਜਿਹੜੀ ਉਹ ਆ ਖੜੇ ਆ ਮੁੰਡੇ ਸਾਡੇ ਕੋਲੇ ਆ ਸੁਰਿੰਦਰ ਹੋਰੀ ਆਏ ਆ ਇਹਨੇ ਮੈਨੂੰ ਇਹ ਗੱਲ ਕਹੀ ਸੀ ਬਾਈ ਆਪਾਂ 5-10 ਮੁੰਡੇ ਆਪਾਂ ਹੈਗੇ ਆ ਜਿਹੜੇ ਆਪਣਾ ਆਪਸ ਵਿੱਚ ਮੋਹ ਪਿਆਰ ਹੈ ਕਿਉਂ ਨਾ ਆਪਾਂ ਇਕੱਠੇ ਹੋ ਕੇ ਇਹ ਆਪਾਂ ਲਾਗੂ ਕਰੀਏ ਭਾਵਾਂ ਆਪਾਂ ਜਿੱਤੀਏ ਭਾਵਾਂ ਆਪਾਂ ਹਾਰੀਏ ਇਹ ਆਪਾਂ ਲਾਗੂ ਹੀ ਕਰਾਂਗੇ ਔਰ ਇਹਨੂੰ ਚੰਗੇ ਤਰੀਕੇ ਨਾਲ ਲਾਗੂ ਕਰਾਂਗੇ ਚਾਰ ਬੰਦੇ ਵਧੀਆ ਜਿਹੜੇ ਇਸ ਭਾਈਚਾਰੇ ਦੇ ਹੋਣਗੇ ਤੇ ਜਿਹੜਾ ਸਾਨੂੰ ਜਦੋਂ ਵੀ ਵਿਆਹ ਸ਼ਾਦੀ ਹੋਊਗਾ ਚਾਹੇ ਉਹਦੇ ਨਾਲ ਮੇਰਾ ਪਰਸਨਲ ਮੇਰੇ ਘਰਦਿਆਂ ਦਾ ਜਾਂ ਕਿਸੇ ਦਾ ਵੀ ਕੋਈ ਰੌਲਾ ਹੋਊ ਉਹ ਗੱਲ ਵੱਖਰੀ ਹੋਊਗੀ ਪਰ ਜਦੋਂ ਵੀ ਉਹ ਚੀਜ਼ ਆਊਗੀ ਉਹ ਸਾਨੂੰ ਸਿੱਧਾ ਕੇ ਦੱਸਣਗੇ ਵੀ ਭਾਈ ਸਾਡੀ ਕੁੜੀ ਦਾ ਵਿਆਹ ਆ ਧੀ ਦਾ ਵਿਆਹ ਆ ਸਾਨੂੰ ਆਹ ਸਮਾਨ ਲੈ ਦਿਓ ਉਹ ਤੁਹਾਡੇ ਘਰ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੋਊਗੀ ਜਿੱਤ ਹਾਰ ਮੇਰੇ ਕਰਮਾਂ ਦੀ ਆ ਜਿੱਤ ਹਾਰ ਮੇਰੇ ਕਰਮਾਂ ਦੀ ਆ ਉਸ ਤੋਂ ਪਹਿਲਾਂ ਗੱਲ ਇੱਕ ਦੱਸ ਦੇਣਾ ਟੂਰਨਾਮੈਂਟ ਦੀ ਸਾਡੀ ਤਰੀਕ ਲੀਕੀ ਪਈ ਸੀ ਉਹਨੂੰ ਆਏ ਸੀ ਵੀ ਇਲੈਕਸ਼ਨ ਆਉਣਾ ਇਹਨਾਂ ਨੇ ਕਿਸੇ ਨੇ ਸੋਚਣਾ ਵੀ ਵੋਟਾਂ 'ਚ ਖੜਨਾ ਜਾਂ ਤਾਂ ਕਰਕੇ ਮੇਰਾ ਵੋਟਾਂ 'ਚ ਖੜਨ ਦਾ ਕੋਈ ਮਨ ਨਹੀਂ ਸੀਗਾ ਕੋਈ ਕੁਛ ਨਹੀਂ ਸੀਗਾ ਉਹ ਜਦੋਂ ਪੋਲਿਟਿਕਸ ਹੱਦ ਤੋਂ ਵੱਧ ਖੇਡਣ ਲੱਗ ਗਏ ਹੱਦ ਤੋਂ ਵੱਧ ਚੀਜ਼ਾਂ ਕਰਨ ਲੱਗ ਗਏ ਕਦੇ ਉਹਦੇ ਤੇ ਸਿੱਟਦੇ ਕਦੇ ਉਹਦੇ ਤੇ ਸਿੱਟਦੇ ਇਹ ਉਦੋਂ ਜਾ ਕੇ ਮਨ ਹੋਇਆ ਕਿ ਮੈਂ ਕਿੰਨਾ ਚਿਰ ਗਾਰੇ ਵਿੱਚ ਖੜੀ ਹੋਈ ਮੱਝ ਨੂੰ ਧੱਕਾ ਲਾਵਾਂਗੇ ਫੇਰ ਕਹਾਂਗੇ ਯਾਰ ਬਾਈ ਫਲਾਣੇ ਦਾ ਕੰਮ ਨਹੀਂ ਹੋਇਆ ਤੇ ਉਹਦਾ ਕੰਮ ਨਹੀਂ ਹੋਇਆਗਾ ਕਿਉਂ ਨਾ ਆਪ ਹੀ ਉਹ ਚੀਜ਼ ਦੇ ਲਈ ਅੱਜ ਗਏ ਬਹੁਤ ਸਾਰੀਆਂ ਭੈਣਾਂ ਇਧਰੋਂ ਵੀ ਹੈ ਆਪ ਪਿੱਛੇ ਜੇ ਦੋ ਤਿੰਨ ਮੁੰਡੇ ਲੱਗੇ ਆ ਸਰਕਾਰੀ ਜੌਬ ਤੇ ਲੱਗੇ ਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਕਿਹੜਾ ਮੁੰਡਾ ਲੱਗਿਆ ਹੋਇਆ ਇਹ ਨਾ ਹੀ ਆ ਕੇ ਦੱਸਦੇ ਵੀ ਫਲਾਣੇ ਦਾ ਮੁੰਡਾ ਫਲਾਣੀ ਜੌਬ ਤੇ ਲੱਗਿਆ ਹੋਇਆ ਆਪਾਂ ਸਰਪੰਚੀ ਛੱਡ ਦਿਆਂਗੇ ਇਹਨਾਂ ਨੂੰ ਇਹਨਾਂ ਕਹਿੰਦਾ ਆ ਕੇ ਨਾ ਦੱਸੋ ਕਿਹੜੇ ਕਿਹੜੇ ਪੁੱਤ ਕਿੱਥੇ ਲੱਗੇ ਹੋਏ ਆ ਕਿਹਦੀ ਕਿਹੜੀ ਤਕਲੀਫ ਹੈ ਤੁਹਾਡਾ ਮੁੰਡਾ ਤੁਹਾਡਾ ਹੀ ਸੀਗਾ ਟਿੰਡਰ ਵੱਢਣ ਪੈ ਗਏ ਸੀਗੇ ਜੰਡ ਵਾਲੇ ਤੋਂ ਬੰਦੇ ਆ ਹਜੇ ਜਿਉਂਦੇ ਜਾਗਦੇ ਫਿਰਦੇ ਆ ਉਹ ਹਰਿਆਣੇ ਦੇ ਵਿੱਚ ਜਾ ਕੇ ਮੁੰਡਾ ਚੱਕਿਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਚਟਾਲੇ ਸਾਡੇ ਨਾਲ ਹੈ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਬਈ ਚਟਾਲੇ ਸਾਡੇ ਨਾਲ ਹੈ ਸਾਨੂੰ ਉਹਨਾਂ ਨੇ ਪੁਲਿਸ ਵਾਲੀ ਗੱਲ ਹੋ ਗਈ ਅਸੀਂ ਮੁੰਡਾ ਨਹੀਂ ਛੱਡਣਾਗਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਮੈਂ ਉਹਨੂੰ ਫੋਟੋ ਭੇਜੀ ਮੇਰੇ ਕੋਲ ਫੋਟੋ ਫੋਨ 'ਚ ਆ ਮੈਂ ਝੂਠ ਨਹੀਂ ਮਾਰਦਾ ਜਿੰਨੀ ਗੱਲ ਕਹਿ ਕੇ ਜਾਊਂਗਾ ਮੈਂ ਤੁਹਾਨੂੰ ਦੱਸ ਕੇ ਜਾਊਂਗਾ ਇੱਕ ਤਾਂ ਸੱਚੋ ਮੇਰੀ ਚਟਾਲਿਆਂ ਨਾਲ ਫੋਟੋ ਉਹਨਾਂ ਨੂੰ ਫੋਟੋ ਭੇਜੀ ਮੈਂ ਕਿਹਾ ਦੇਖ ਮੈਂ ਕਿਹਾ ਜਿੰਨਾ ਦੀ ਤੂੰ ਗੱਲ ਕਰਦਾ ਮੈਂ ਉਹਨਾਂ ਨਾਲ ਬਹਿ ਕੇ ਚਾਹ ਪਾਣੀ ਪੀਂਦਾ ਆ ਉਹਨੂੰ ਉਦੋਂ ਪਤਾ ਲੱਗ ਗਿਆ ਕਿ ਹੱਥ ਕਰੜੇ ਨਾਲ ਪੈ ਰਿਹਾ ਆ ਮੁੰਡਾ ਲੈ ਕੇ ਜੰਡ ਵਾਲੇ ਆ ਗਏ ਉਹ ਅੱਧੀ ਰਾਤ ਨੂੰ ਸਾਰਾ ਪਿੰਡ ਉਹਨਾਂ ਨੇ ਕੁੱਟਣ ਮਾਰਨ ਵਾਸਤੇ ਉੱਥੇ ਖੜਾ ਸੀਗਾ ਹਰਵੀਰ ਤੁਹਾਡੇ ਵਿੱਚ ਬੈਠਾ ਆ ਅਸੀਂ ਉਹਨਾਂ ਨੂੰ ਕਹਿਤਾ ਥਾਣੇ ਆ ਜਾਓ ਪੁਲਿਸ ਨੇ ਥਾਣੇ ਸੱਦ ਲਿਆ ਜਦੋਂ ਥਾਣੇ ਉਹ ਹਰਵੀਰ ਉੱਥੇ ਉੱਥੋਂ ਕੰਮ ਕਰਕੇ ਸਾਰਾ ਉਹ ਮੁੰਡਾ ਉਹਨਾਂ ਨੂੰ ਅਸੀਂ
पुलिस नूं कहा कि तुसीं डिंडर नूं आपदे कोले रखो क्योंकि साढ़े ते हमला ना हो जाए राह जांदियां दा। जे साढ़े ते हमला हो गया साडा भी पिंड उठ के आऊगा, लड़ाई वधूगी। यह मुंडा हर इत्थे नागे बाबे का मुंडा होगा बुच्ची ते हरवीर, यह दोनों गवाह है उस चीज के। यह उत्थों चल के अगे आए है, इन्हां ते हमला होया है, यह मसा बच के आए है। हाँ, मुंडे की भैन भी ना सी, ये उन्होंने पुछ लो परिवार दा, इत्थे खड़े हो गरमीत अर के खड़े है। जे मैं इस चीज के विच किते होवां अद्धी रात नूं, असीं उत्थे सारे दी मेरे घरदिआं नूं कुछ नहीं पता सीगा, हो सकता वह रात साढ़े कुछ बच जाता, असी अज नूं जग ते ना होंदे। सच्ची गल हरवीर होरां दे, जे हरवीर होरां नूं कुछ हो जाता मैं देणदार सी बई। गल अज ठीक है, तुसीं मिंटां च हुण किसी वीर ने मैनूं कहा भी जदों मैनूं मैंबर चुनिया तू मेरे नाल आ के खड़दा। वीरे असीं थोनूं सियासत करनी नहीं आउंदी सानूं, असीं उह सियासत नहीं करनी आउंदी। मैंबर दे गल च हार पाते दवा दवा जो लै जाओ, मैंबर बने हैं असीं स्वागत करदे, जंटा बनाया असीं स्वागत करते हैं, क्यों बंदे नूं बोलण दा वाला बंदा काम करूगा। यह भी गल ठोके नूं मैं इत्थे कहिंदा आ जवान दे विच भी मेरा वड्डा भरा आ, महाराज मेरे सिर ते हथ रखदा है, बराबर बैठ के काम करूगा ते मेरे तो करा भी लऊगा जे मैं कितें 19-21 गल करूंगा। तो ठीक है, मैनू बार बार थोनू एग्जाम्पल देने की लोड़ नहीं, मैं जो किया है जो करना मैं करता रहूंगा ते अगे भी ठोके करांगे। थोड़े जिहड़े अलांबे होणगे वह अलांबे हैगे आ जिहड़े, उन्होंने आपां बैठ के हल करांगे। बस इन्नी गल कहिंदा होया, गलती मलती माफ करो, बड़िया चीजा बड़ा कुछ छिटूआ। रात भी गल हुई सी, रात वाली गल एक आई सी कि बई रात नूं इत्थे मड़ीर लैके आना, मैं कोई मड़ीर लैके नहीं गया। मैनू बस्ती चो किसी भैन का फोन आया, किसी ने अगे कहा कि वीरे तू साडे घरे नहीं आया गा, मैं कहा भैने मैं हुणे आया। मैं उन्हां दे घरे गया, उन्होंने अगे दुद्ध बना लिया, पीन लग गए, गल्लां बातां चली, उत्थे वोट की एक भी गल नहीं हुई, गल्लां बातां साडियां पढ़ाई ते चल पईआं, अगे दे अगे चले उत्थे। उदू बाद जदों मैं इत्थे आया मैनू कहिंदे तू बस्ती च की करन गया, मैं बस्ती च वोटां करके हुण तो नहीं जांदा गा, मैं पहलां वी जांदा जलौरे के गंगने अर्गे नूं पुछ लो मेरियां बोरकियां, मैं दुद्ध दे विच उत्थे लूण मिर्चा पा के उत्थे उदों दा खांदा आ, पुछला बैठा बब्बू थोड़े सामने खड़ा आ, इहदे चुल्हे ते मैं रोटियां खाधियां वी आ, मैं अज नहीं आया गा वोटां वाले, अज कहिंदे आ इह हुण आ के थोड़े कोल आ के बहिंदे, मैं पहलां दा आ के बहिंदा आ। जे सियासत करनी है मैं इक गल है, जे गुड पॉलिटिक्स करोंगे मैं गुड पॉलिटिक्स प्रोड्यूस करूंगा, जे तुसीं बैड पॉलिटिक्स ते उतरे आए ना मेरे कोले हिस्ट्री पई आ थोड़ी, मैं परचे उत्थों कढ के लिआऊंगा, सुखन वाला दूर नहीं पिया गा, इह जाके दस दिओ जो उहनां नूं कि मेरे को यहो जी चीजा पईआं, बाद चो मैं वह चीजा कढ के लिआऊंगा, फिर ना आखियो जो भी आह की करता है। चंगे ना बन के रहोंगे आप, चंगी चीज प्रोड्यूस करिए, चंगी चीज अगे आऊगी तो आप कल नूं चंगी चीज इकट्ठी होगी। रात तुसीं कहा भी नहीं आना, मैं थोनों अज वादा करदा 8 बजे तो बाद जे तुसीं मैनूं देख गए मैं आउंदा नहीं गा वेड़े च, उदू पहलां मैं वर्किंग करूंगा, जे उदू बाद तुसीं कहोगे नहीं आना मैं नहीं आउंदा गा। थोड़े घरां दा माहौल खराब नहीं होना चाहीदा, मेरे करके थोड़े घरां दा माहौल ना खराब होवे। हुण दो चार चीजा होर दस दिंदा जिहड़ियां इन्हां दे ध्यान च है नहीं गियां, ठीक है। चार पांच बंदे आ विहड़े दे विच जिहड़े अडिक्ट हो चुके आ, जां तां दारू दे जां कोई होर नशे दे, वोट पाउणी होई उहनां ने मैनूं पा देण, ना पाउणी होई ना पाउण, जदों आपां नाल इहदे मेहर हो गई उस तों बाद देख के मैं नशा सेंटर चुकाउणे चुकाउणे आ। तुसीं साथ दे के चुकाओगे तां बड़ी वधिया गल है, जे नहीं तां फिर आपां उवें गल करके जिवें तुसीं आखोगे। चार पांच बंदे जिन्हां ने आपदे घर दा हाल बुरा करता आ, सोलह कमरिया की ग्रांट आई भी है, वह ग्रांट के असी बनते हैं जां नहीं बनते ये गुरु महाराज नूं पता है, उहदे च असी कोई टच नहीं डावांगे। एक गल होर है, कल नूं असी बन जांदे कोई बंदा इहदे च टच डाऊगा थोड़े मूहरे आके नंगा चिट्टा करांगे, फिर थोड़े हाथ च फैसला होगा तुसीं की फैसला लैने उह बंदे बारे। और यह चीजा पहलां हो चुकियां ने, फिर कह दिंदे आ भी आह चीज नहीं लगी, आह चीज नहीं बनी, आ नहीं बनेगी। सो आह मेरियां गल्लां बातां है, चंगियां लगियां तां पल्ले बन्ह के लै जाओ। आने वाली 15 तरीक नूं तीजे नंबर ते मेरा चोन निशान है, चोन निशान ट्रैक्टर है, चुप करके दब दिओ जो। एक बारी तुसीं मेरे चाचे नूं मौका दित्ता सी, ठीक है, ओदी सेवा ओनी कि नहीं पर मैं थोनू थोड़े नाल वादा करदा जे थोनू दोबारा नहीं ना याद कराता तां कह दिओ राम सिंह दी आंस च कोई फायदा नहीं होया गा, मैं थोड़े ना वादा करदा इस चीज का। तुसीं सारिआं ने हथ रख्या, मेरी औकात नहीं सी कि मैनू आ के ढिल्लों साहब होरां ने मेरे मोढ़े ते हथ रख्या। इन्हां दा हिस्टरी है, पॉलिटिक्स है इन्हां दी भी, एक इन्हां ने एक जर्नी तय की है, एक जर्नी हुंदी है, जर्नी दे विच इन्हां ने काम कराए आ, आकसी निकली है, कदे किसी ने शाबाश नहीं दित्ती। आपां इन्हां नूं ढिल्लों परिवारां नूं सच्ची गल है वीरे
ਲੈ ਕੇ ਲੈ ਜਾਓ ਆਪਾਂ ਕਦੇ ਨਹੀਂ ਕਿਹਾਗਾ ਕਿਉਂ ਅਸੀਂ ਹਰੇਕ ਵਾਰੀ ਕਿਸੇ ਨਾ ਕਿਸੇ ਦੇ ਪੋਪੜ ਬਣ ਜਾਂਦੇ ਆ ਇਹ ਚਲੇ ਗਏ ਦਰਸ਼ਨ ਤੇ ਲੋਰ ਗਏ ਇਥੋਂ ਆ ਹੋ ਕੇ ਪਰ ਉਹਨਾਂ ਦੇ ਇੱਕ ਦੋ ਮਿੰਟਾਂ ਉਹਨਾਂ ਨੇ ਕਰ ਕਰਕੇ ਕਿਤੇ ਕਿੱਥੇ ਜਾਂਦੇ ਸਿੱਧੀ ਰਾਤ ਨੂੰ ਬਾਪੂ ਹੋਰਾਂ ਨੂੰ ਨਾਲ ਲੈ ਕੇ ਆ ਜਿਹੜਾ 8ਵੀਂ ਦਾ ਸਕੂਲ ਆਇਆ ਵਾ ਬਲਤੇਜ ਸਿੰਘ ਸਰਪੰਚ ਦੇ ਨਾਲ ਬਾਪੂ ਮੇਰਾ ਮੈਂਬਰ ਸੀਗਾ ਉਦੋਂ ਲੈ ਕੇ ਆਂਦਾ ਤੇ ਗੁਰੂ ਪਾਤਸ਼ਾਹ ਦੀ ਜੇ ਕਿਰਪਾ ਰਹੀ 8ਵੀਂ ਤੋਂ ਅਗਲੀ ਵਾਰ ਵੀ ਇਹ ਹੋ ਸਕਦਾ ਸੇਵਾ ਮਹਾਰਾਜ ਨੇ ਮੇਰੇ ਤੋਂ ਲੈਣੀ ਹੋਵੇ ਇਹ ਸੇਵਾ ਮੈਂ ਪੂਰੀ ਕਰੂੰਗਾ ਬਾਈ ਮੇਰੇ ਕੋਲੇ ਹੁਣ ਕਿਸੇ ਨੇ ਕਹਿਤਾ ਜੀ ਇਹ ਤਾਂ ਬਾਹਰੋਂ ਬੈਠਾ ਘਰੋਂ ਮੈਸੇਜ ਮੰਗਾਉਂਦਾ ਸੀ ਵੀਰੇ ਮੈਂ ਚੰਗੀਆਂ ਸਟੱਡੀਆਂ ਕੀਤੀਆਂ ਮੈਂ ਕੋਈ ਮਾੜੀਆਂ ਸਟੱਡੀਆਂ ਨਹੀਂ ਕੀਤੀਆਂ ਮੇਰੇ ਪਿਓ ਨੂੰ ਪਤਾ ਮੇਰੇ ਭਰਾ ਨੂੰ ਪਤਾ ਮੈਂ ਕੀ ਕਮਾਇਆ ਕੀ ਨਹੀਂ ਕਮਾਇਆ ਉੱਥੋਂ ਉਹ ਚੀਜ਼ਾਂ ਬਾਰੇ ਮੈਂ ਗੱਲਾਂ ਬਾਤਾਂ ਕਰਾਂ ਉਹਦੇ ਬਾਰੇ ਕੋਈ ਆਪਣੇ ਤੁੱਕ ਨਹੀਂ ਬਣਦੀ ਗੀ ਪਰ ਮੈਂ ਇੰਨੀ ਕਮਾਈ ਬਣਾ ਕੇ ਲੈ ਕੇ ਆਉਂਦੀ ਹੈ ਮੈਂ ਫਿਰ ਗੱਲ ਨਹੀਂ ਕਰਨਾ ਜਦੋਂ ਪਿੰਡ 'ਚ ਕਿਸੇ ਦੇ ਭੀੜ ਪਈ ਸੀ ਮੈਂ 40 ਰੁਪਇਆ ਮੈਂ 10 ਮਿੰਟਾਂ ਇਕੱਠਾ ਕਰਕੇ ਦਿੱਤਾ ਬਾਹਰਲੇ ਯਾਰਾਂ ਦੋਸਤਾਂ ਤੋਂ ਆ ਬੈਠਿਆ ਸੁਰਿੰਦਰ ਅਰਗੇ ਇਹ ਮੈਨੂੰ ਜਾਣਦਾ ਨਹੀਂ ਸੀ ਬਾਈ ਇੱਥੇ ਕਿਉਂਕਿ ਇਹ ਛੋਟਾ ਸੀ ਮੈਂ ਵੱਡਾ ਸੀ ਬਾਹਰ ਜਾ ਕੇ ਮਿਲਿਆ ਆਉਣੀ ਜਾਣੀ ਮਿਲੀ ਇਹ ਮੇਰੇ ਸ਼ਹਿਰ ਆਉਂਦਾ ਹੁੰਦਾ ਸੀ ਇਹਦਾ ਸ਼ਹਿਰ ਦੂਰ ਸੀਗਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਕੋਈ ਗੱਲ ਹੁੰਦੀ ਕੋਈ ਪਿੰਡ ਬਾਰੇ ਸਾਡੀ ਉਦੋਂ ਦੀ ਗੱਲ ਚੱਲਦੀ ਸੀਗੀ ਕੁਦਰਤੀ ਹੁਣ ਜਦੋਂ ਉਹਨੂੰ ਪਤਾ ਲੱਗਿਆ ਮੈਂ ਖੜਾ ਇਹ ਉੱਥੋਂ ਮਦਦ ਕਰਨ ਆਇਆ ਕੈਨੇਡਾ ਤੋਂ ਇਹਨੇ ਟਿੰਡੀਆਂ ਲੈਣੀਆਂ ਸੀ ਬਾਈ 2.5-2 ਲੱਖ ਦੀ ਟਿਕਟ ਲਾ ਕੇ ਇਹ ਸਪੈਸ਼ਲ ਆਇਆ ਇੱਥੇ ਕਿਉਂ ਕਿਉਂਕਿ ਅਸੀਂ ਚਾਹੁੰਦੇ ਆ ਇਹ ਚਾਹੁੰਦਾ ਆ ਵੀ ਮੈਂ ਬਾਹਰ ਪੱਕਾ ਆ ਪਰ ਕੱਲ ਨੂੰ ਮੇਰੇ ਜਵਾਕ ਇੱਥੇ ਆਉਣ ਜੋਗੇ ਹੋਣ ਇੱਥੇ ਰਹਿਣ ਜੋਗੇ ਹੋਣ ਅਸੀਂ ਸਾਰੀ ਉਮਰ ਉੱਥੇ ਨਹੀਂ ਕੱਟਣੀਗੀ ਉਹ ਤਾਂ ਹੀ ਹੋ ਸਕਦੀ ਹੈ ਜੇ ਆਪਾਂ ਕੁਛ ਨਾ ਕੁਛ ਇੱਥੇ ਬਦਲਾਂਗੇ ਰਿਸ਼ਤਿਆਂ ਦੇ ਵਿੱਚ ਵੀ ਸਾਡੇ ਅੱਜ ਬੜਾ ਘਾਟਾ ਹੈਗਾ ਆਪਾਂ ਹੌਲੀ ਹੌਲੀ ਚੀਜ਼ਾਂ ਨੂੰ ਸਹੀ ਕਰਾਂਗੇ ਬਸ ਤੁਸੀਂ ਇੰਨੀ ਗੱਲ ਹੈ ਬਸ 3 ਤਰੀਕ ਨੂੰ ਮੇਰੇ ਪ੍ਰਯਾਸ ਰੱਖੋ ਆਪਣਾ 5-15 ਤਰੀਕ ਨੂੰ ਤੇ 3ਜਾ ਨੰਬਰ ਹੈ ਤੇ ਨੰਬਰ ਆਪਾਂ ਨੂੰ ਦਿੱਤਾ ਟ੍ਰੈਕਟਰ ਗੁਰੂ ਮਹਾਰਾਜ ਕਿਰਪਾ ਕਰੇ ਬਸ ਤੁਹਾਡੇ ਤੇ ਸੰਗਤ 'ਚ ਰੱਬ ਵਸਦਾ ਤੇ ਸੰਗਤ ਤੋਂ ਫੈਸਲਾ ਲੈ ਕੇ ਮੈਂ ਸ਼ੁਰੂਆਤ ਕੀਤੀ ਸੀ ਤੇ ਹੁਣ ਵੀ ਸੰਗਤ ਦੇ ਵਿੱਚ ਹੀ ਖੜਾ ਆ ਤੇ ਬਾਅਦ 'ਚ ਵੀ ਸੰਗਤ 'ਚ ਖੜਾਂਗਾ ਇੰਨੀ ਗੱਲ ਤੁਹਾਨੂੰ ਕਹਿਣਾ ਹੈ ਜੇ 19-21 ਕੱਲ ਨੂੰ ਗੱਲ ਮੇਰੇ ਤੇ ਹੋਈ ਜਾਂ ਮੇਰਾ ਪਰਿਵਾਰ ਕਿਤੇ ਕਦੇ ਸਾਡੇ 'ਚ ਆਕੜ ਆਈ ਆਹੀ ਸੰਗਤ ਫੇਰ ਬੁਲਾਇਓ ਜੋ ਸੰਗਤ ਦਾ ਫੈਸਲਾ ਹੀ ਫੇਰ ਟੱਲੇ ਹੋਊਗਾ ਜੇ ਨਾ ਹੁੰਦਾ ਆ ਕੰਮ ਮੇਰੇ ਤੋਂ ਆਹੀ ਚੀਜ਼ ਆਪਾਂ ਫੇਰ ਬਣਾਵਾਂਗੇ ਇੱਥੇ ਸਰਪੰਚੀ ਜਿਹਨੂੰ ਤੁਸੀਂ ਕਹੋਗੇ ਮੈਂ ਉਹਨੂੰ ਛੱਡ ਕੇ ਜਾ ਲੂੰਗਾ ਕਾਰ ਤੇ ਟਰੈਕਟਰ ਤੇ ਸਰਪੰਚ ਸਾਹਿਬ ਲਿਖਾਉਣ ਦਾ ਸ਼ੌਂਕ ਨਹੀਂ ਹੈਗਾ ਉਦੋਂ ਉੱਤੇ ਦੀਆਂ ਚੀਜ਼ਾਂ ਗੁਰੂ ਮਹਾਰਾਜ ਨੇ ਦੇ ਕੇ ਨਵਾਜਿਆ ਆ ਕੀੜਾ ਹੈਗਾ ਵੀ ਅੰਦਰ ਕੁਛ ਨਾ ਕੋਈ ਕੰਮ ਕਰੀ ਆ ਕੰਮ ਕਰ ਸਕਦੇ ਆ ਆਹ ਕੰਮ ਕਰ ਸਕਦੇ ਆ ਖੇਤ ਦੇ ਵਿੱਚ ਜਦੋਂ ਵੀ ਕੋਈ ਬੰਦਾ ਕੋਈ ਦਿਹਾੜੀਦਾਰ ਆਉਂਦਾ ਸੀ ਉਹ ਇਹੀ ਗੱਲ ਕਹਿੰਦੇ ਪੁੱਤ ਯਾਰ ਤੂੰ ਬਣੇ ਨਾ ਸਵਾਦ ਆਵੇ ਤੂੰ ਬਣੇ ਨਾ ਸਵਾਦ ਆਵੇ ਪਰ ਚਲੋ ਜਿਵੇਂ ਅੱਗੇ ਹੁਣ ਗੁਰੂ ਮਹਾਰਾਜ ਦਾ ਹੁਕਮ ਹੋਊਗਾ ਉਹਦੇ ਹੁਕਮ ਨਾਲ ਚੱਲਾਂਗੇ ਬਸ ਇੰਨੀ ਗੱਲ ਹੈ ਮੇਰੀ ਇੰਨੀ ਬੇਨਤੀ ਹੈ ਮੇਰੇ ਤੇ ਮਿਹਰ ਪ੍ਰਯਾਸ ਰੱਖਿਓ ਜੇ ਕੋਈ ਨਿੱਕਾ ਮੋਟਾ ਕੋਈ ਮੈਂ ਤੁਹਾਡਾ ਤੋਂ ਛੋਟਾ ਹਾਂ ਜੇ ਕੋਈ ਲਫ਼ਜ਼ ਮੇਰੇ ਜ਼ਬਾਨ ਦੇ ਵਿੱਚੋਂ ਨਿਕਲਿਆ ਹੋਇਆ ਮੈਨੂੰ ਮਾਫ਼ ਕਰਿਓ ਪਰ ਵੀਰ ਬਣ ਕੇ ਮੇਰੀ ਬੇਨਤੀ ਹੈ ਇੱਕ ਵਾਰੀ ਮੇਰੇ ਤੇ ਇਤਬਾਰ ਕਰਕੇ ਜ਼ਰੂਰ ਵੇਖੋ ਤੁਸੀਂ ਪਰਿਵਾਰ ਤੇ ਪਹਿਲਾ ਇਤਬਾਰ ਕੀਤਾ ਸੀਗਾ ਉਹ ਵੀ ਤੁਹਾਨੂੰ ਅੱਜ ਵੀ ਸਾਰੇ ਇਹੀ ਕਹਿੰਦੇ ਵੀ ਜੇ ਉਹ ਰਹਿ ਜਾਂਦਾ ਸ਼ਾਇਦ ਉਹਨੇ ਪਤਾ ਨਹੀਂ ਕੀ ਬਣਾ ਦੇਣਾ ਸੀਗਾ ਪਰ ਉਹ ਸਭ ਉਹਦੀ ਰਜ਼ਾ ਜੀ ਉਹਨੇ ਖੇਡ ਬਣਾਈ ਉਵੇਂ ਚੱਲਣਾ ਬਸ ਇੱਕ ਵਾਰੀ ਮੇਰੇ ਤੇ ਜ਼ਰੂਰ ਮਿਹਰ ਪ੍ਰਯਾਸ ਰੱਖੋ ਬਾਈ ਬਣ ਕੇ